ਜ਼ੋਰ ਲਵਾਉਣ ਦਾ ਇਹ ਆ, ਵੇਖਦੇ ਹਾਂ ਨਿਕਲਦੀ ਹੈ ਕਿ ਨਹੀਂ ਨਿਕਲਦੀ। ਅਸਲਾਮ ਵਾਲੇਕਮ, ਮੈਂ ਮੁਹੰਮਦ ਸਫਦਰ, ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਗਏ। ਅਤੇ ਅੱਜ ਜਿਹੜਾ ਨਾ ਮੌਸਮ ਤਾਂ ਬੜਾ VIP ਬਣਿਆ, ਪਿਆਰਾ ਮਾਹੌਲ ਬਣਿਆ, ਬੱਦਲ ਹੈਗੇ ਨੇ ਸਾਰੇ ਪਾਸੇ। ਬਾਰਿਸ਼ ਦਾ ਅੱਜ ਕਹਿਣ ਤਾਂ ਦਿਆ ਸੀ ਬਾਰਿਸ਼ ਆਉਣੀ ਆ, ਲੇਕਿਨ ਪਤਾ ਨਹੀਂ ਕਦੋਂ ਆਉਣੀ ਆ। ਅਤੇ ਮੌਸਮ ਅੱਜ ਬੜਾ ਖੂਬਸੂਰਤ ਬਣਿਆ, ਠੰਡੀ ਠੰਡੀ ਹਵਾ ਚੱਲਣ ਰਹੀ ਹੈ, ਮਜ਼ਾ ਆਉਣ ਦਿਆ ਅੱਜ। ਅਤੇ ਮੈਂ ਕਿਹਾ ਚਲੋ ਅੱਜ ਵਲੌਗ ਬਣਾਉਂਦੇ ਹਾਂ, ਅਤੇ ਮੈਂ ਹੁਣ ਖਲੋਤਾ ਖਲੋਤਾ ਵਲੌਗ ਬਣਾਉਣ ਲੱਗ ਪਿਆ। ਗੱਡੀਆਂ ਫਸੀਆਂ ਹੋਈਆਂ ਨੇ, ਇੱਟਾਂ ਲਾਉਣ ਆਈਆਂ ਸੀ ਅਤੇ ਇਹ ਇੱਟ ਫਸ ਗਈਆਂ ਨੇ, ਅਤੇ ਇਹ ਕੱਢਣ ਦਾ ਆ। ਹੁਣ ਇੱਕ ਡਰਾਈਵਰ ਅੱਗੇ ਬਹਿ ਗਿਆ ਵਾ, ਅਤੇ ਇੱਕ ਜਿਹੜੀ ਪਿਛਲੀ ਟਰਾਲੀ ਆ ਨਾ, ਉਹਦੇ 'ਤੇ ਇੱਟਾਂ ਲੱਦੀਆਂ ਹੋਈਆਂ, ਉਹ ਹੁਣ ਫਸੀ ਖਲੋਤੀ ਆ, ਉਹ ਨਿਕਲਦੀ ਨਹੀਂ ਪਈ, ਅਤੇ ਅਗਲੀ ਨਾਲ ਸਿੰਗਲ ਪਾ ਕੇ ਹੁਣ ਕੱਢਣ ਦਾ ਆ, ਅਤੇ ਉਹ ਹਿੱਲਣ ਹੀ ਨਹੀਂ ਪਈ। ਹੁਣ ਵੇਖਦੇ ਹਾਂ ਵੀ ਕਿਤੋਂ ਨਿਕਲਦੀ ਆ। ਜ਼ੋਰ ਲਵਾਉਣ ਦਾ ਇਹ ਆ, ਵੇਖਦੇ ਹਾਂ ਨਿਕਲਦੀ ਹੈ ਕਿ ਨਹੀਂ ਨਿਕਲਦੀ। ਨਹੀਂ ਨਿਕਲੀ, ਨਹੀਂ ਨਿਕਲੀ। ਅੱਗੇ ਸੱਠਾ ਲੱਗਾ ਹੋਇਆ ਆ, ਅਤੇ ਪਿੱਛੇ ਜਿਹੜਾ ਉਹ ਗਾਜ਼ੀ ਆ, ਅੱਧੀਆਂ ਇੱਟਾਂ ਤਾਂ ਲਾ ਤੀਆਂ, ਲੇਕਿਨ ਅੱਧੀਆਂ ਜਿਹੜੀਆਂ ਨਾ ਉਹ ਉੱਤੇ ਹੀ ਪਈਆਂ, ਅਤੇ ਹਲੇ ਨਿਕਲਦੇ ਕੋਈ ਨਹੀਂ ਪਈ। ਜੁਗਾੜ ਤਾਂ ਬੜੇ ਲਾਈ ਪਏ ਨੇ, ਲੇਕਿਨ ਨਿਕਲਦੀ ਕੋਈ ਨਹੀਂ। ਇੱਥੇ ਲਾਉਣ ਲੱਗੇ ਨੇ, ਪੈਰ ਤਾਂ ਵਿੱਚ ਫਸੇ ਪਏ ਆ ਹੁਣ। ਇਹ ਇੱਥੇ ਲਾਉਣ ਲਏ ਆ, ਚਲੋ ਇੱਥੇ ਕੁਛ ਜਿਹੜੀਆਂ ਲੱਗ ਜਾਣਗੀਆਂ ਨਾ, ਫਿਰ ਬਾਕੀ ਜਿਹੜੀ ਆ ਉਹ ਬਾਅਦ ਅੱਗੇ ਖਿੱਚ ਲੈਣਗੇ, ਸੌਖੀ ਨਿਕਲ ਆਊਗੀ। ਲਾ ਕੇ ਜਿਹੜੀਆਂ ਇੱਟਾਂ ਨਾ, ਹੋਰ ਤਾਂ ਬੜਾ ਲਾਈ ਪੈਣਾ, ਲੇਕਿਨ ਹੀਲਾ ਕੋਈ ਨਹੀਂ ਬਣਦਾ ਪਿਆ। ਇਹ ਇੱਥੇ ਸਫੈਦੇ ਬੀਜੇ ਹੋਏ ਸੀ, ਸਫੈਦੇ ਇੱਥੋਂ ਪੁੱਟ ਲੈਣੇ, ਕਿਉਂਕਿ ਇੱਥੇ ਘਰ ਬਣਾਉਣ ਲੱਗਿਆ ਨਾ, ਮਕਾਨ ਸ਼ਕਾਨ ਬਣਾਉਣ ਲੱਗਿਆ, ਇਸ ਲਈ ਇੱਥੋਂ ਸਫੈਦੇ ਪੁੱਟ ਲਏ। ਥੱਲੇ ਜਾਈ ਜਾਣ ਦੀ ਆ, ਥੱਲੇ ਜਾਈ ਜਾਣ ਦੀ ਆ, ਪੈਰ ਵਿੱਚ ਖੁੱਬਦੇ ਜਾਣਦੇ ਨੇ। ਹਾਲੇ ਕੋਈ ਨਹੀਂ ਹਿਲਦੀ ਪਈ, ਪਿਛਲੀ ਜਿਹੜੀ ਆ ਸੂਰਜ ਸਾਡੀ ਕਲੌਤੀ ਆ ਪਿੱਛੇ, ਨਿਕਲ 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 ਨਹੀਂ ਨਹੀਂ ਹੈ। ਦੋਵੇਂ ਫਸੀ ਖਲੋਤੀ, ਅਗਲੇ ਤਾਂ ਮੁੰਡਾ ਬੈਠਾ ਆ, ਲੇਕਿਨ ਜਿਹੜਾ ਨਾ ਹੈ ਤਾਂ ਡਰਾਈਵਰ ਹੀ ਆ, ਲੇਕਿਨ ਹੁਣ ਮੈਨੂੰ ਲੱਗਦਾ ਅਗਲੀ ਵੀ ਫਸ ਗਈ ਆ, ਪਿਛਲੇ ਨੂੰ ਕੱਢਦੇ ਕੱਢਦੇ ਅਗਲਿਆ ਵੀ ਫਸ ਗਿਆ। ਜੋ ਜਨਾਬ ਅਗਲੀ ਗੱਡੀ ਤਾਂ ਨਿਕਲਦੀ ਪਈ ਆ, ਕਿਉਂਕਿ ਪਿਛਲੇ ਨਾਲ ਜਿਹੜਾ ਨਾ ਸੰਗਲ ਖੋਲ ਲਿਆ ਉਹਨਾਂ ਨੇ, ਅਤੇ ਅਗਲੀ ਜਦੋਂ ਨਿਕਲ ਜਾਊਗੀ ਆਪ ਤਾਂ ਫਿਰ ਉਹਨੂੰ ਪਿੱਛੇ ਨੂੰ ਜਾ ਕੇ ਤਾਂ ਪਾਸਣ ਕਰਕੇ ਖਿੱਚ ਲੈਣਗੇ। ਮੈਂ ਸੀ ਤਾਂ ਗਈ ਜਾਂ ਨਿਕਲ, ਅਤੇ ਪਿਛਲੀ ਜਿਹੜੀ ਆ ਉਹ ਹਲੇ ਖਲੋਤੀ ਆ, ਆਹ ਤਾਂ ਹੋ ਗਈ ਜੇ ਸਾਈਡ ਤੋਂ ਟਾਈਮ ਨਾਲ ਹੀ, ਪਿਛਲੀ ਜਿਹੜੀ ਆ ਉਹ ਹਲੇ ਫਸ ਖਲੋਤੀ ਆ, ਉਹਦੇ ਤੋਂ ਇੱਟਾਂ ਜਿਹੜੀਆਂ ਉਹ ਲਾਹ ਲਈਆਂ ਨੇ ਉੱਥੇ ਹੀ, ਅਤੇ ਹੁਣ ਜਿਹੜੀ ਆ ਉਹ ਵੀ ਜਿਹੜੀ ਨਿਕਲੋ ਗਿਆ ਅੱਗੇ ਨੂੰ ਜਾਂ ਪਿੱਛੇ ਨੂੰ, ਉਹ ਚੈੱਕ ਕਰੋ ਖਲੋਤੀ ਆ। ਇਹ ਵੀ ਉਮੀਦ ਤਾਂ ਹੈ ਵੀ ਨਿਕਲ ਆਈ ਆ ਤਕਰੀਬਨ, ਕਿਉਂਕਿ ਇੱਟਾਂ ਇਸ ਤੋਂ ਲੱਥ ਗਈਆਂ ਨੇ, ਹੁਣ ਇਹ ਵੀ ਹੌਲੀ ਹੌਲੀ ਆ। ਦੂਸਰੀ ਤਾਂ ਉਹ ਬਾਹਰ ਜਾ ਖਲੋਤੀ ਹੈ, ਅਤੇ ਇਹ ਵੀ ਹੁਣ ਨਿਕਲ ਆਊਗੀ। ਬੱਚਿਆਂ ਬੱਚਿਆਂ ਜਿਹੜੀਆਂ ਇੱਟਾਂ ਸੀ ਨਾ ਉਹ ਵੀ ਲਾ ਦਿੱਤੀਆਂ ਨੇ, ਅਤੇ ਹੁਣ ਇਹਨੂੰ ਵੀ ਐਵੇਂ ਹੀ ਬਾਹਰ ਕੱਢੀ ਆ। ਜਨਾਬ ਇਹ ਵੀ ਗੱਡੀ ਨਿਕਲ ਆਈ ਜੇ, ਇਹ ਚੈੱਕ ਕਰੋ,
ਓ ਮੇਰੇ ਭਰਾ ਪਿੱਛੇ ਖਲੋਤੇ ਆ, ਕੰਧ ਉੱਪਰ ਨਹੀਂ ਵੇਖਦਾ ਪਾਇਆ। ਇਹ ਵੀ ਤਕਰੀਬਨ ਨਿਕਲ ਆਈ ਹੈ, ਹੁਣ ਇਹਨੂੰ ਮੋੜਨਾ ਇਹਨੇ ਅਤੇ ਫਿਰ ਇਹ ਵੀ ਬਾਹਰ ਨਿਕਲ ਜਾਊਗੀ। ਜਨਾਬ ਹੁਣ ਮੈਸੀ ਦੀ ਜਗ੍ਹਾ 'ਤੇ ਆ ਕੇ ਫਸ ਗਈ ਹੈ, ਹੌਲੇ ਹੌਲੇ ਅੱਗੇ ਪਿੱਛੇ ਕਰਕੇ ਜਿਹੜਾ ਨਾ ਡਰਾਈਵਰ ਕੱਢਣ ਲਿਆ ਹੈ, ਜਿਹਦਾ ਸਾਡੇ ਕੋਲ ਮਕਾਨਾਂ 'ਚ ਨਾ ਜਾ ਵੱਜੇ, ਅੱਲਾ ਹੀ ਖੈਰ ਕਰੇ ਬਸ। ਬੜਾ ਜ਼ਾਲਮ ਡਰਾਈਵਰ ਹੈ, ਲੇਕਿਨ ਨਹੀਂ ਹਾਲੇ ਵੀ ਪੈਣੀ ਨਿਕਲੀ, ਹੁਣ ਹਾਲੇ ਹਾਲੇ ਐਨ ਮੁੜਦੀ ਪਈ ਹੈ। ਡਰਾਈਵਰ ਹੋਰ ਤਾਂ ਬੜਾ ਲਵਾਉਣ ਲਿਆ ਹੈ, ਲੇਕਿਨ ਹੈ ਗਾਜ਼ੀ, ਲੇਕਿਨ ਨਿਕਲਦੀ ਪਈ ਹੈ, ਨਿਕਲਦੀ ਅੱਗੇ ਪਿੱਛੇ ਕਰ ਕਰਕੇ ਜਿਹੜਾ ਨਾ ਹੌਲੇ ਹੌਲੇ ਕੱਢਦਾ ਪਿਆ ਕਿਸੇ ਤਰੀਕੇ, ਲੇਕਿਨ ਹੁਣ ਨਿਕਲ ਆਊਗੀ ਕਿਉਂਕਿ ਖਾਲੀ ਹੋ ਖਲੋਤੀ ਹੈ ਨਾ। ਨਿਕਲ ਆਈ, ਨਿਕਲ ਆਈ, ਨਿਕਲ ਆਈ, ਨਿਕਲ ਆਈ, ਨਿਕਲ ਆਈ, ਚਲੋ ਜੀ ਇਹ ਤਾਂ ਆਈ ਜੇ ਨਿਕਲ, ਹੁਣ ਬਾਹਰ ਜਾਂਦੀ ਪਈ ਹੈ ਅਤੇ ਇਹਨਾਂ ਦਾ ਕੰਮ ਹੋ ਗਿਆ ਤਮਾਮ, ਗੱਡੀਆਂ ਨਿਕਲ ਆਈਆਂ ਨੇ ਅਤੇ ਹੁਣ ਅਸੀਂ ਜਿਹੜਾ ਨਾ ਆਪਣੇ ਘਰ ਨੂੰ ਚੱਲੀਏ। ਹੋ ਗਿਆ ਡਰਾਮਾ ਜਿਹੜਾ ਹੁਣ ਅਸੀਂ ਪੂਰਾ, ਜੇ ਬਾਹਰ ਲਾਉਂਦੇ ਅਸੀਂ ਤਾਂ ਬਾਹਰ ਹੀ ਲਾ ਲੈਂਦੇ, ਅਤੇ ਇਹ ਗੱਡੀਆਂ ਬਾਹਰ ਗਈਆਂ ਖਲੋਤੀਆਂ ਜੀ। ਅਤੇ ਅੱਜ ਦੀ ਵੀਡੀਓ ਇੰਨੀ, ਅਗਰ ਵੀਡੀਓ ਪਸੰਦ ਆਈ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਿਓ, ਜਿਹੜੇ ਮੇਰੇ ਚੈਨਲ 'ਤੇ ਨਵੇਂ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।